ਤੇ ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਕੱਲ ਵੀ ਕੁਝ ਸ਼ਬਦ ਦੁਹਰਾਏ ਸੀਗੇ ਉਹ ਸਨ ਸਰਦਾਰ ਕਪੂਰ ਸਿੰਘ ਦੇ ਜਿਨ੍ਹਾਂ ਨੇ ਇਸ ਅਖੌਤੀ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਦੇ ਬਾਰੇ ਕੁਝ ਗੱਲਾਂ ਲਿਖੀਆਂ ਉਹਨਾਂ ਲਿਖਿਆ ਕਿ ਵਰਤਮਾਨ ਅਕਾਲੀ ਲੀਡਰਸ਼ਿਪ ਨੂੰ ਮੈਂ ਕੰਜਰੀ ਦਾ ਨਾਂ ਦਿੰਦਾ ਧਿਆਨ ਨਾਲ ਸੁਣਿਓ ਅਕਾਲੀ ਲੀਡਰਸ਼ਿਪ ਨੂੰ ਮੈਂ ਕੰਜਰੀ ਦਾ ਨਾਂ ਦਿੰਦਾ ਹਾਂ ਕੰਜਰੀ ਨੂੰ ਭਾਵੇਂ ਲੱਖ ਕਹੋ ਕਿ ਉਹ ਸ਼ਰੀਫ ਬਣ ਜਾਵੇ ਉਲਟਾ ਤੁਹਾਨੂੰ ਬੇਵਕੂਫ ਕਵੇਗੀ ਉਹ ਅਗਾਂ ਲਿਖਦੇ ਨੇ ਵਰਤਮਾਨ ਲੀਡਰਸ਼ਿਪ ਦੇ ਦਿਲ ਵਿੱਚ ਕੀ ਹੈ ਉਹੀ ਜਾਣਦਾ ਹੈ ਭਾਵ ਬਾਦਲ ਹੀ ਜਾਣਦਾ ਹੈ ਸਰਕਾਰ ਬਣਾ ਵੀ ਲੈਣ ਪਰ ਗੁਲਾਮੀ ਦੀ ਸਰਕਾਰ ਹੀ ਹੋਵੇਗੀ ਅੱਜ ਹਾਲਾਤ ਸਾਡੇ ਸਾਹਮਣੇ ਨੇ ਇਹ ਸੰਘ ਪਰਿਵਾਰ ਦੇ ਪਿੱਠੂ ਇਹ ਬੀਜੇਪੀ ਦੇ ਪਿੱਠੂ ਕੌਮ ਨੂੰ ਕਿੱਦਾਂ ਇਹਨਾਂ ਦੇ ਹੱਥ ਵਿੱਚ ਵੇਚ ਰਹੇ ਨੇ ਇਹਨਾਂ ਨੂੰ ਵਜ਼ਾਰਤ ਮਿਲ ਜਾਵੇ ਤਾਂ ਆਨੰਦਪੁਰ ਦਾ ਮਤਾ ਉੱਕਾ ਹੀ ਭੁੱਲ ਜਾਣਗੇ ਅੱਜ ਤੁਹਾਡੇ ਸਾਹਮਣੇ ਆ ਸਰਦਾਰ ਕਪੂਰ ਸਿੰਘ ਅੱਜ ਤੋਂ ਬਹੁਤ ਪਹਿਲਾਂ ਲਿਖਦੇ ਆ ਪਏ ਪਰ ਕਿੱਥੇ ਆਨੰਦਪੁਰ ਦਾ ਮਤਾ ਅੱਜ ਭਰਾਵਾਂ ਦੇ ਉੱਤੇ ਇਹ ਹਥਿਆਰ ਲੈ ਕੇ ਉਹਨਾਂ 'ਤੇ ਵਾਰ ਕਰਦੇ ਨੇ ਪਰ ਭੁੱਲ ਗਏ ਆਨੰਦਪੁਰ ਦਾ ਮਤਾ ਇਹਨਾਂ ਦੇ ਮਨਾਂ ਵਿੱਚ ਕੁਝ ਹੋਰ ਹੈ ਅਤੇ ਮੂੰਹ 'ਤੇ ਹੋਰ ਹੈ ਆਪ ਸਭ ਜਾਣਦੇ ਹੋ ਮੈਂ ਇਹਨਾਂ ਨੂੰ ਗਾਲਾਂ ਕੱਢ ਲੈਂਦਾ ਸਾਂ ਅਤੇ ਉਹ ਗਾਲਾਂ ਕਿਹੋ ਜਿਹੇ ਕੱਢਦੇ ਸੀਗੇ ਉਹ ਲਿਖਦੇ ਕੁੱਤਿਓ ਹਰਾਮ ਜਾਦਿਓ ਪਬਲਿਕ ਨਾਲ ਧੋਖਾ ਨਾ ਕਰੋ ਪਰ ਇਹ ਮੈਨੂੰ ਪਾਗਲ ਸਾਦੇ ਸੀਗੇ ਇਹ ਬੋਲ ਸੀਗੇ ਉਹ ਸਿੱਖ ਚਿੰਤਕ ਸਰਦਾਰ ਕਪੂਰ ਸਿੰਘ ਦੇ ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਇਹ ਪਰਿਵਾਰ ਜਿਹੜਾ ਅੱਜ ਕੌਮ ਦੇ ਉੱਤੇ ਪੰਥਕ ਮਖੌਟਾ ਪਾ ਕੇ ਕੌਮ ਦਾ ਘਾਣ ਕਰ ਰਿਹਾ ਅਤੇ ਦਾਸ ਨੇ ਵੀ ਇੱਥੋਂ ਕੋਈ ਸ਼ਬਦ ਵਰਤੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਦੇ ਬਾਰੇ ਮੈਂ ਇੱਕ ਵਾਰ ਫਿਰ ਦੁਹਰਾ ਦਿਆਂ ਦਾਸ ਅੱਜ ਵੀ ਉਹਨਾਂ ਸ਼ਬਦਾਂ 'ਤੇ ਕਾਇਮ ਹੈ ਕਈਆਂ ਵੀਰਾਂ ਨੂੰ ਗੁੱਸਾ ਲੱਗਾ ਪਰ ਮੈਂ ਇੱਥੇ ਗੱਲ ਕਲੀਅਰ ਕਰਦਿਆਂ ਇਹ ਸ਼ਬਦ ਸਿਰਫ ਅਤੇ ਸਿਰਫ ਕੇਵਲ ਵਿਅਕਤੀ ਵਿਸ਼ੇਸ਼ ਉਸ ਮੱਕੜ ਨਾਲ ਸੰਬੰਧਿਤ ਨੇ ਅਤੇ ਜੇ ਕੋਈ ਹੋਰ ਆਪਣੇ 'ਤੇ ਵੀ ਲੈਂਦਾ ਆ ਅਤੇ ਜੇ ਹਜੇ ਵੀ ਉਹ ਜਾਤ ਪਾਤ ਤੋਂ ਨਹੀਂ ਨਿਕਲਿਆ ਉਹਨੂੰ ਮੁਬਾਰਕ ਏ ਇਹ ਮੱਕੜ ਜਿਹੜੇ ਆਪਣੇ ਸ਼ਬਦ ਨਾਲ ਵਫਾ ਕਰਦਾ ਭਾਈ ਕਾਨ ਸਿੰਘ ਨਾਭਾ ਦੇ ਮੁਤਾਬਕ ਭੜਵਾ ਲੁੱਚਾ ਅਤੇ ਗੁੰਡਾ ਇਹ ਤਿੰਨਾਂ ਕੈਟਗਰੀ ਜਿਹੜੇ ਹੈਗੇ ਆ ਤਿੰਨੇ ਕਿਰਦਾਰ ਆ ਇਹ ਨਿਭਾਉਂਦਾ ਪਿਆ ਆ ਭੜਵਾ ਕਹਿੰਦੇ ਆ ਦੱਲੇ ਨੂੰ ਲੁੱਚਾ ਕਹਿੰਦੇ ਆ ਜਿਹੜਾ ਇਹਨੇ ਇੱਕ ਵੀਡੀਓ ਰਿਲੀਜ਼ ਹੋਈ ਜਿਹਦੇ ਵਿੱਚ ਇਹਦੀ ਬੋਲਬਾਣੀ ਸੀਗੀ ਉਹ ਆਪ ਸਾਰੇ ਸੁਣ ਲਓ ਕਿਉਂਕਿ ਮੈਂ ਕਾਫੀ ਕੁਛ ਬੋਲ ਜਾਂਦਾ ਹਾਂ ਪਰ ਇੰਨਾ ਵੀ ਜ਼ਿਆਦਾ ਨਾ ਬੋਲਾਂ ਕਿ ਕਈਆਂ ਸਾਡੀਆਂ ਵੀਰ ਭੈਣਾਂ ਵੀ ਸੁਣਦੀਆਂ ਹੁੰਦੀਆਂ ਅਤੇ ਗੁੰਡਾ ਜਿਹੜਾ ਆ ਉਹ 6 ਜੂਨ ਨੂੰ ਜਦੋਂ ਇਹਨਾਂ ਨੇ ਸਾਕਾ ਵਰਤਾਇਆ ਜਾਂ ਜਿਹੜਾ ਹੁਣ ਕੰਮ ਮੌਜੂਦਾ ਸਮੇਂ ਦੇ ਵਿੱਚ ਹਰਿਆਣਾ ਦੀ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਵਾਪਰ ਰਿਹਾ ਹੈ ਉੱਥੇ ਇਹ ਗੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ ਮੱਕੜ ਸ਼ਬਦ ਦੇ ਅਰਥ ਭਾਈ ਕਾਨ ਸਿੰਘ ਨਾਭਾ ਲੁੱਚਾ ਭੜਵਾ ਅਤੇ ਗੁੰਡਾ ਕਰਦਾ ਹੈ ਪਿਆ ਬਹੁਤ ਬਹੁਤ ਧੰਨਵਾਦ ਅਤੇ ਆਓ ਆਪਾਂ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਉਸ ਕੌਮੀ ਜਰਨੈਲ ਨੂੰ ਜੀ ਆਇਆਂ ਕਹੀਏ ਰੇਡੀਓ ਸਿਗਨਲ 'ਤੇ ਅਤੇ ਪ੍ਰਵਾਨੀਏ ਫਤਿਹ ਸਰਦਾਰ ਜਗਦੀਸ਼ ਸਿੰਘ ਜੀ ਚਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਸਿਗਨਲ ਤੇ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਮੈਂ ਪ੍ਰੋਗਰਾਮ ਦੀ ਸਟਾਰਟਿੰਗ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰਦੇ ਹਾਂ ਕਿਸੇ ਅਦੀਬ ਨੇ ਬੜੇ ਕਮਾਲ ਦੀ ਗੱਲ ਲਿਖੀ ਉਹ ਕਹਿੰਦਾ ਮੈਨੂੰ ਲੋੜ ਨਹੀਂ ਲੱਖਾਂ ਬਟੇਰਿਆਂ ਦੀ ਮੈਨੂੰ ਲੋੜ ਹੈ ਇੱਕੋ ਸ਼ੇਰ ਦੀ ਅੱਜ ਮੈਨੂੰ ਲੋੜ ਹੈ ਅਣਖ ਦੇ ਛੋਲਿਆਂ ਦੀ ਮੈਨੂੰ ਲੋੜ ਨਹੀਂ ਖਾਕ ਦੇ ਢੇਰ ਦੀ ਅੱਜ 1920 ਤੋਂ ਬਾਅਦ ਜਿਹੜੀ ਇਹ ਤੁਸੀਂ ਮੁਹਿੰਮ ਵੱਡੀ ਉਹ ਮੁਹਿੰਮ 2000 ਤੋਂ ਲੈ ਕੇ 2014 ਤੱਕ ਅੱਜ ਜਿਸ ਪੜਾਅ 'ਤੇ ਖੜੀ ਹੈ ਇਹਦਾ ਸਿਹਰਾ ਤੁਹਾਡੇ ਵਰਗੇ ਕੌਮੀ ਮਰਜੀਵੜੀਆਂ ਨੂੰ ਜਾਂਦਾ ਹੈ ਅਤੇ ਅਸੀਂ ਇਸ ਪੱਖ ਤੋਂ ਇਹ ਗੱਲ ਕਲੀਅਰ ਕਰ ਦਈਏ ਵੀ ਤੁਹਾਡੀ ਇਹ ਜਿਹੜਾ ਕੰਮ ਆ ਜਿਸ ਪੜਾਅ 'ਤੇ ਤੁਸੀਂ ਇਸ ਲਹਿਰ ਨੂੰ ਲੈ ਕੇ ਆਏ ਹੋ ਸਿੰਘਨਾਦ ਰੇਡੀਓ ਅਤੇ ਵਿਦੇਸ਼ ਵਿੱਚ ਬੈਠਾ ਹਰ ਇੱਕ ਸਿੱਖ ਤੁਹਾਡੇ ਨਾਲ ਏ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਸੋ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਕਿਉਂਕਿ ਆਪਣੇ ਕੋਲ ਸਮਾਂ 10-15 ਮਿੰਟ ਆ ਇਸ ਤੋਂ ਬਾਅਦ ਆਪਾਂ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਹਰਦੀਪ ਸਿੰਘ ਡਿਬਡਿਬਾ ਜਿਨ੍ਹਾਂ ਨੇ ਖੁੱਲ੍ਹੇ ਤੌਰ 'ਤੇ ਚੈਲੰਜ ਕੀਤਾ ਇਸ ਪੁਜਾਰੀਵਾਦ ਨੂੰ ਇਸ ਅਖੌਤੀ ਜਥੇਦਾਰੀ ਢਾਂਚੇ ਨੂੰ ਉਹਨਾਂ ਨੂੰ ਆਪਾਂ ਲਾਈਵ ਲੈਣਾ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇਸ ਸਮੇਂ ਜਿਹੜੀ ਸਥਿਤੀ ਹੈ ਹਰਿਆਣੇ ਦੇ ਵਿੱਚ ਕਿਉਂਕਿ ਤੁਸੀਂ ਉਹਦੇ ਮੌਜੂਜ ਪਰਸਨ ਨੇ ਤੁਸੀਂ
ਜਿਹੜੀ ਕਮੇਟੀ ਫੋਰਮ ਦੇ ਵਿੱਚ ਆਈ ਹੈ ਉਹਦੇ ਐਜ਼ ਏ ਪ੍ਰਧਾਨ ਐਜ਼ ਏ ਪ੍ਰੈਜ਼ੀਡੈਂਟ ਉੱਥੇ ਤੁਹਾਡਾ ਅਹੁਦਾ ਹੈ। ਇਸ ਘਟਨਾਕ੍ਰਮ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਇੱਥੋਂ ਵਿਦੇਸ਼ ਦੀਆਂ ਸੰਗਤਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਕਿਸ ਤਰ੍ਹਾਂ ਦੇ ਜਿਹੜੇ ਸਾਥ ਦੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਇਸ ਰੇਡੀਓ ਤੇ ਆਪਣੇ ਵਿਚਾਰ ਜਿਹੜੇ ਆ ਖੁੱਲ੍ਹ ਕੇ ਦੇ ਸਕਦੇ ਹੋ। ਹਾਂਜੀ, ਮੈਂ ਤਾਂ ਸਭ ਤੋਂ ਪਹਿਲਾਂ ਸਾਰੀਆਂ ਬਾਹਰ ਬੈਠੀਆਂ ਸੰਗਤਾਂ ਦਾ ਸਾਰੀ ਦੁਨੀਆ ਭਰ ਦੇ ਸਿੱਖ ਸੰਗਤਾਂ ਨੂੰ ਫਤਿਹ ਦੀ ਸਾਂਝ ਪਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਜੋ ਹਰਿਆਣੇ ਦੇ ਸਿੱਖਾਂ ਦੇ ਹਾਲਾਤ ਬਣ ਚੁੱਕੇ ਹਨ ਜੀ, ਉਸ ਹਾਲਾਤਾਂ ਨੂੰ ਜੀ ਸਿੱਖ ਕੌਮ ਦੇ ਜੀ ਜੋ ਹਿਰਦੇ ਨੇ ਉਹ ਵਲੋਂਦਰ ਕੇ ਰੱਖ ਦਿੱਤੇ ਹਨ ਜੀ। ਹਰਿਆਣੇ ਦੇ ਸਿੱਖ ਜੀ ਪਹਿਲਾਂ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਪੰਜਾਬ ਵਿੱਚ ਆ ਕੇ ਵਸੇ। ਬਿਲਕੁਲ ਬਿਲਕੁਲ। ਉਸ ਟਾਈਮ ਪੰਜਾਬ ਦੇ ਵਿੱਚੋਂ ਜੀ ਵੀ 1966 ਦੇ ਵਿੱਚ ਫਿਰ ਸਾਨੂੰ ਵੰਡ ਦਿੱਤਾ ਗਿਆ ਅਤੇ ਹਰਿਆਣੇ ਦੇ ਹਰਿਆਣਾ ਸੂਬੇ ਵਿੱਚ ਸਾਨੂੰ ਇਹ ਚੱਕਣ ਦਾ ਕੋਸ਼ਿਸ਼ ਕੀਤੀ। ਇਹ ਵੰਡ ਜੇ ਜ਼ਿੰਮੇਵਾਰ ਕੁਝ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਆਪਣੇ ਕੁੱਲ ਮੁਫਾਦ ਵਾਸਤੇ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਕਲੇਜੇ ਦੇ ਟੁਕੜੇ ਨੂੰ ਦੁਬਾਰਾ ਫਿਰ ਵੰਡ ਕੇ ਰੱਖ ਦਿੱਤਾ ਗਿਆ ਅਤੇ ਇਹ ਹਰਿਆਣੇ ਦੇ ਸਿੱਖ ਜੋ ਸਨ ਪੰਜਾਬੀ ਸੂਬਾ ਲੈਣ ਵਾਸਤੇ ਵੀ ਸਾਡੇ ਬਜ਼ੁਰਗਾਂ ਨੇ ਅਸਾਂ ਵੀ ਅਨੇਕਾਂ ਵਾਰ ਜੇਲ੍ਹਾਂ ਵਿੱਚ ਵੀ ਗਏ ਪਰ ਉਦੋਂ ਵੀ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਇਹ ਪਾਣੀਪਤ ਤੱਕ ਜਿੰਨੇ ਸਿੱਖ ਆਬਾਦੀ ਹੈ ਸਾਰੀ ਪੰਜਾਬ ਵਿੱਚ ਲਈ ਜਾਏਗੀ। ਪਰ ਕੁੱਝ ਇਹਨਾਂ ਲਾਲਚੀ ਲੋਕਾਂ ਨੇ ਆਪਣੀ ਗੱਡੀ ਨੂੰ ਰੱਖਣ ਵਾਸਤੇ ਸਾਨੂੰ ਹਰਿਆਣੇ ਵਿੱਚ ਚੱਕ ਕੇ ਤੇ ਸਾਡੇ ਨਾਲ ਬਹੁਤ ਵੱਡਾ ਪਿਓ ਕਮਾਇਆ ਜੀ। ਉਸ ਤੋਂ ਬਾਅਦ ਜਿਹੜਾ 1966 ਦੇ ਵਿੱਚ ਕਾਨੂੰਨ ਬਣਿਆ ਹਰਿਆਣੇ ਦੇ ਸਿੱਖਾਂ ਦੀ ਵੇਖਦੇ ਹੋਏ ਕਿ ਜੋ ਹਰਿਆਣੇ ਦੇ ਗੁਰਦੁਆਰੇ ਹਨ ਉਹ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖ ਕਰਨਗੇ। ਇਸ ਵਿੱਚ ਉਦੋਂ ਹਰਿਆਣੇ ਦੇ ਸਿੱਖਾਂ ਨੇ ਕੋਈ ਮੰਗ ਨਹੀਂ ਸੀ ਕੀਤੀ ਜੀ, ਕੇਵਲ ਤੇ ਕੇਵਲ ਉਹਨਾਂ ਅਧਿਕਾਰ ਸਮਝਿਆ ਕਿ ਜੋ ਹਰਿਆਣੇ ਦੇ ਗੁਰਦੁਆਰੇ ਹਨ ਹਰਿਆਣੇ ਦੇ ਸਿੱਖ ਉੱਥੋਂ ਦਾ ਪ੍ਰਬੰਧ ਕਰਨਗੇ ਅਤੇ ਉੱਥੇ ਮਿਲ ਬੈਠ ਕੇ ਆਪਣੇ ਜੋ ਗੁਰੂ ਘਰਾਂ ਦੇ ਚੜਾਵੇ ਨੇ ਉਹਨਾਂ ਤੋਂ ਚੰਗੇ ਪ੍ਰਬੰਧ ਕਰਕੇ ਸਿੱਖੀ ਧਰਮ ਦਾ ਆਪਣਾ ਪ੍ਰਚਾਰ ਕਰ ਸਕਣਗੇ, ਸਿੱਖੀ ਦਾ ਪ੍ਰਚਾਰ ਕਰ ਸਕਣਗੇ ਜੀ। ਅਤੇ ਜੋ ਸਿੱਖਿਆ ਦੇ ਅਦਾਰੇ ਨੇ ਉਹਨਾਂ ਵਾਸਤੇ ਚੰਗਾ ਪ੍ਰਬੰਧ ਕਰਕੇ ਆਪਣੇ ਗੁਰੂ ਘਰਾਂ ਦੀ ਚੰਗੀ ਸੇਵਾ ਦਾ ਸੰਭਾਲ ਕਰ ਸਕਣਗੇ ਜੀ। ਪਰ ਹਰਿਆਣੇ ਦੇ ਸਿੱਖਾਂ ਨੂੰ ਪੰਜਾਬ ਦੇ ਸਿੱਖਾਂ ਉੱਤੇ ਇੰਨਾ ਵਿਸ਼ਵਾਸ ਸੀ ਕਿ ਇਹਨਾਂ ਨੇ ਕਦੀ ਇਹ ਸੋਚਿਆ ਹੀ ਨਹੀਂ, ਪੰਜਾਬ ਨੂੰ ਹਮੇਸ਼ਾ ਵੱਡਾ ਭਰਾ ਮੰਨਦੇ ਰਹੇ ਮੰਨਦੇ ਸਨ। ਜੇ ਪਾਣੀ ਦੇ ਮਸਲੇ ਦੀ ਗੱਲ ਹੁੰਦੀ ਸੀ, ਪਾਣੀ ਦੇ ਵੰਡ ਦੀ ਗੱਲ ਹੁੰਦੀ ਸੀ, ਭਾਵੇਂ ਇੱਥੋਂ ਦੀਆਂ ਲੋਕਲ ਪਾਰਟੀਆਂ ਨੇ ਪਾਣੀ ਵਾਸਤੇ ਜੱਦੋਜਹਿਦ ਕੀਤੀ, ਪਰ ਹਰਿਆਣੇ ਦੇ ਸਿੱਖ ਹਮੇਸ਼ਾ ਜਾ ਕੇ ਪੰਜਾਬ ਦੇ ਨਾਲ ਖੜੇ ਹੁੰਦੇ ਰਹੇ, ਕਦੀ ਵੀ ਆਪਣੇ ਹਰਿਆਣਾ ਦੇ ਨਾਲ ਨਹੀਂ ਖੜੇ ਹੋਏ, ਆਪਣੇ ਹਿੱਤਾਂ ਵਾਸਤੇ ਹਰਿਆਣੇ ਦੇ ਹਿੱਤਾਂ ਵਾਸਤੇ ਨਹੀਂ ਖੜੇ ਹੋਏ, ਹਮੇਸ਼ਾ ਪੰਜਾਬ ਦੀ ਹੀ ਪਰੋਪਕਾਰੀ ਕਰਦੇ ਰਹੇ, ਪੰਜਾਬ ਦੇ ਹੀ ਭਰਾਵਾਂ ਦਾ ਹਮੇਸ਼ਾ ਮਦਦ ਕਰਦੇ ਰਹੇ। ਇੱਥੋਂ ਦੇ ਹਰਿਆਣੇ ਦੇ ਵਾਸੀ ਲੋਕ ਜਿਹੜੇ ਸਨ ਜਿਹੜੇ ਦੂਜੀ ਕਮਿਊਨਿਟੀ ਦੇ ਲੋਕ ਸਨ ਐਂਟੀ, ਉਹ ਹਮੇਸ਼ਾ ਹੀ ਇਹ ਸਮਝਦੇ ਰਹੇ ਕਿ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਮੋਰਚਾ ਲੱਗਦਾ ਹੈ, ਭਾਵੇਂ ਧਰਮ ਪ੍ਰਚਾਰ ਮੋਰਚਾ ਲੱਗਾ, ਭਾਵੇਂ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਮੋਰਚਾ ਲਾਇਆ, ਭਾਵੇਂ ਇਹਨਾਂ ਆਨੰਦਪੁਰ ਸਾਹਿਬ ਦੇ ਮੱਥੇ ਤੇ ਮੋਰਚਾ ਲਾਇਆ, ਇਹ ਹਮੇਸ਼ਾ ਭਾਵੇਂ ਇਹਨਾਂ ਪਾਣੀ ਦਾ ਮੋਰਚਾ ਲਾਇਆ, ਹਮੇਸ਼ਾ ਹਰਿਆਣੇ ਦਾ ਸਿੱਖ ਜੋ ਹੈ ਉਹ ਪੰਜਾਬ ਦਾ ਪੱਖ ਪੂਰਦਾ ਗਿਆ ਤੇ ਇੱਥੋਂ ਦੇ ਲੋਕਾਂ ਤੋਂ ਵੀ ਅਸੀਂ ਬਾਝਣ ਹੋ ਗਏ। ਉਹ ਇਹ ਸਮਝਦੇ ਸਨ ਇੱਥੋਂ ਦੇ ਲੋਕ ਜਿਹੜੇ ਸਿੱਖ ਗੈਰ ਸਿੱਖ ਲੋਕ ਸਨ ਉਹ ਸਮਝਦੇ ਹਨ ਕਿ ਇਹ ਸਿੱਖ ਜੋ ਹਨ ਇਹਨਾਂ ਦੀਆਂ ਭਾਵਨਾ ਪੰਜਾਬ ਦੇ ਸਿੱਖਾਂ ਨਾਲ ਜੁੜੀਆਂ ਨੇ, ਇਸ ਕਰਕੇ ਇਹ ਹਰਿਆਣੇ ਦੇ ਵਾਸੀ ਹੀ ਨਹੀਂ, ਨਾ ਇਹਨਾਂ ਸਾਨੂੰ ਸਮਝਿਆ ਅਤੇ ਸਾਨੂੰ ਇਹਨਾਂ ਦੂਜੇ ਨੰਬਰ ਦਾ ਨਾਗਰਿਕ ਵੀ ਨਹੀਂ ਮੰਨਣ ਦੀ ਕੋਸ਼ਿਸ਼ ਕੀਤੀ, ਨਾ ਸਾਨੂੰ ਇਹ ਸਰਕਾਰ ਨੇ ਨੌਕਰੀਆਂ ਦਿੱਤੀਆਂ, ਨਾ ਸਾਨੂੰ ਸਰਕਾਰ ਨੇ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਵਾਸਤੇ ਅਦਾਰੇ ਖੋਲ੍ਹੇ, ਨਾ ਹੀ ਸਾਨੂੰ ਕਿਤੇ ਚੰਗੇ ਅਹੁਦਿਆਂ ਤੇ ਦਿੱਤਾ ਗਿਆ, ਭਾਵੇਂ ਉਹ ਸਰਕਾਰ ਦੇ ਵਿੱਚ ਸੀ, ਭਾਵੇਂ ਸਿਕਸ਼ਾ ਦੇ ਵਿੱਚ ਸੀ, ਭਾਵੇਂ ਨੌਕਰੀਆਂ ਦੇ ਵਿੱਚ ਸੀ, ਹਮੇਸ਼ਾ ਹੀ ਸਾਨੂੰ ਇਹ ਦੋ ਨੰਬਰ ਦਾ ਸਮਝ ਕੇ ਸਾਡੇ ਨਾਲ ਵਿਤਕਰਾ ਕੀਤਾ ਗਿਆ। ਪਰ ਅਸੀਂ ਇਹ ਜਿਹੜੇ ਭਰਾਵਾਂ ਤੋਂ ਵਿਖੜ ਕੇ ਆ ਜਿਹਨਾਂ ਸਾਹਮਣੇ ਖੇੜਿਆ ਉਹਨਾਂ ਨੇ ਸਾਨੂੰ ਇਹ ਦੋ ਨੰਬਰ ਤੋਂ ਹੀ ਇਹ ਘੱਟ ਗਿਣਤੀ ਵਿੱਚ ਰੱਖਿਆ, ਕਦੀ ਵੀ ਉਹਨਾਂ ਨੇ ਸੋਚਿਆ ਨਹੀਂ ਕਿ ਹਰਿਆਣੇ ਦੇ ਸਿੱਖਾਂ ਦੇ ਵਾਸਤੇ ਜੋ ਉੱਥੋਂ ਦੀ ਸਰਕਾਰ ਜੋ ਹੈ ਉਹਨਾਂ ਨੂੰ ਗੋਲੀਆਂ ਕਰ ਰਹੀ ਹੈ, ਅਸੀਂ ਉਹਨਾਂ ਦੇ ਵੱਡੇ ਭਰਾ ਹੋਣ ਦਾ ਹੱਕ ਜਤਾਈਏ ਅਤੇ ਉਹਨਾਂ ਦੇ ਵੱਡੇ ਭਰਾ ਹੋਣ ਦਾ ਜੋ ਉਹਨਾਂ ਦੀਆਂ ਨੌਕਰੀਆਂ ਦੇ ਹਿੱਸਾ ਬਣਦਾ ਹੈ ਅਤੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਉਹਨਾਂ ਦੇ ਗੁਰੂ ਧਾਮਾਂ ਤੇ ਜੋ ਗੁਰੂ ਘਰ ਦਾ ਚੜਾਵਾ ਹੈ
ਉਹਨਾਂ ਦੀ ਸਿੱਖਿਆ ਵਾਸਤੇ ਖਰਚ ਕਰੀਏ, ਉਹਨਾਂ ਹਰਿਆਣੇ ਦੇ ਸਿੱਖਾਂ ਬੱਚਿਆਂ ਨੂੰ ਨੌਕਰੀਆਂ ਦੇਈਏ ਅਤੇ ਹਰਿਆਣੇ ਦੇ ਸਿੱਖਾਂ ਦੀ ਭਲਾਈ ਵਾਸਤੇ ਅਸੀਂ ਪੰਜਾਬ ਦੇ ਵਿੱਚ ਵੀ ਉਹਨਾਂ ਭਰਾਵਾਂ ਨੌਕਰੀਆਂ ਦੇ ਕੇ ਉਹਨਾਂ ਮਨੋਬਲ ਬਣਾਈਏ। ਪਰ ਜਿਹਨੂੰ ਅਸੀਂ ਵੱਡਾ ਭਰਾ ਸਮਝ ਰਹੇ ਉਹਨੇ ਸਾਡੀ ਅੰਦਰੋਂ ਪੂਰੀ ਕਦੀ ਵੀ ਹਮਾਇਤ ਨਹੀਂ ਕੀਤੀ, ਉਲਟਾ ਸਾਨੂੰ ਇੱਕ ਗੁਲਾਮਾਂ ਦੀ ਤਰ੍ਹਾਂ ਜਦੋਂ ਇਲੈਕਸ਼ਨ ਹੁੰਦਾ ਉਹ ਫਰਮਾਨ ਜਾਰੀ ਕਰਕੇ ਆਪਣੀ ਮਰਜ਼ੀ ਨਾਲ ਵੋਟ ਪਵਾ ਲੈਂਦੇ ਤੇ ਆਪਣੇ ਪੋਲੀਟੀਕਲ ਹਿੱਤਾਂ ਦੇ ਧਿਆਨ ਵਿੱਚ ਰੱਖਦੇ ਹੋਏ ਆਪਣੇ ਪਰਸਨਲ ਫਾਇਦੇ ਇਹ ਚੁੱਕਦੇ ਰਹੇ। ਅੱਜ ਜੋ ਇਹ ਪੋਜੀਸ਼ਨ ਬਣੀ ਹੈ ਇਹਦੇ ਜ਼ਿੰਮੇਵਾਰ ਸਰਦਾਰ ਪ੍ਰਕਾਸ਼ ਸਿੰਘ ਤੇ ਬਾਦਲ ਹਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੋ ਅੱਜ ਹਾਲਾਤ ਬਣੇ ਨੇ। ਅਸੀਂ ਇਹ 14 ਸਾਲ ਦੇ ਵਿੱਚ ਹਮੇਸ਼ਾ ਸਾਡੀ ਕੋਸ਼ਿਸ਼ ਰਹੀ ਕਿ ਪੰਜਾਬ ਸਾਡਾ ਵੱਡਾ ਭਰਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਰਪ੍ਰਸਤੀ ਕਰੇ। ਪਰ ਕਦੀ ਵੀ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਡੀ ਗੱਲ ਸੁਣੀ, ਅਨੇਕਾਂ ਵਾਰ ਅਸਾਂ ਜਾ ਕੇ ਫਰਿਆਦਾਂ ਕੀਤੀਆਂ। ਪ੍ਰਕਾਸ਼ ਸਿੰਘ ਬਾਦਲ ਦੀ ਸਾਰੇ ਮੰਤਰੀ ਮੰਡਲ ਨਾਲ 3 ਵਾਰ ਸਾਡੀਆਂ ਮੀਟਿੰਗਾਂ ਹੋਈਆਂ, ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗਾਂ ਹੋਈਆਂ ਤੇ ਪਹਿਲੀ ਵਾਰੀ ਜਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ ਗਏ ਤੇ ਅੰਮ੍ਰਿਤਸਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਕਹਿਣ ਲੱਗਾ ਜੇ ਹਰਿਆਣੇ ਦੇ ਸਿੱਖੋ ਤੁਸੀਂ ਇਸ ਆਪਣੀ ਮੰਗ ਨੂੰ ਛੱਡ ਦਿਓ, ਜੇ ਕੋਈ 2-4 ਕਰੋੜ ਰੁਪਏ ਦੀ ਲੋੜ ਹੈ ਤਾਂ ਮੈਂ ਦੇ ਸਕਦਾ ਹਾਂ। ਮੈਂ ਉਸ ਟਾਈਮ ਬਾਦਲ ਸਾਹਿਬ ਨੂੰ ਕਿਹਾ, ਬਾਦਲ ਸਾਹਿਬ ਤੁਸੀਂ ਸਾਡੇ ਵੱਡੇ ਭਰਾ ਹੋ, ਅਸੀਂ ਤੁਹਾਡੇ ਛੋਟੇ ਭਰਾ ਹਾਂ। ਜੇ ਵੱਡਾ ਭਰਾ ਛੋਟੇ ਭਰਾ ਨੂੰ ਹੱਕ ਆਪਣੇ ਬੈਠ ਕੇ ਘਰ ਦੇ ਵਿੱਚ ਦੇ ਰਹੇ ਤੇ ਉਹ ਭਰਾ ਭਰਾ ਬਣੇ ਰਹਿੰਦੇ ਨੇ, ਪਰ ਛੋਟੇ ਭਰਾ ਨੂੰ ਹੱਕ ਨਾ ਦੇਈਏ, ਉਹਨੂੰ ਥਾਣੇ ਥੀਲੇ ਜਾ ਕੇ ਬਰਾਦਰੀਆਂ ਇਕੱਠੀਆਂ ਕਰਕੇ ਪੰਚਾਇਤਾਂ ਇਕੱਠੀਆਂ ਕਰਕੇ ਲੜਾਈ ਝਗੜੇ ਨਾਲ ਹੱਕ ਲੈਣਾ ਪਏ ਤੇ ਫਿਰ ਉਹ ਭਰਾ ਭਰਾ ਨਹੀਂ ਬਹਿੰਦੇ, ਉਹ ਸ਼ਰੀਕ ਬਣ ਜਾਂਦੇ ਨੇ। ਬਾਦਲ ਸਾਹਿਬ ਅਸੀਂ ਤੁਹਾਡੇ ਛੋਟੇ ਭਰਾ ਬਣ ਕੇ ਰਹਿਣਾ ਚਾਹੁੰਦੇ ਹਾਂ, ਸਾਨੂੰ ਸਾਡਾ ਹੱਕ ਬਣਦਾ ਹੱਕ ਦੇ ਰਹੇ ਹੋ, ਸਾਨੂੰ ਸ਼ਰੀਕ ਨਾ ਬਣਾ ਲਿਆ ਜੇ, ਸਾਨੂੰ ਆਪਣਾ ਛੋਟਾ ਭਰਾ ਬਣਾ ਕੇ ਰੱਖੋ। ਪਰ ਬਾਦਲ ਸਾਹਿਬ ਨੇ ਹਰਿਆਣੇ ਦੇ 16 ਲੱਖ ਹਰਿਆਣੇ ਦੇ ਸਿੱਖਾਂ ਦੀ ਕੋਈ ਪਰਵਾਹ ਨਾ ਕੀਤੀ ਅਤੇ ਉਹਨਾਂ ਇੱਕ ਨਾ ਸਾਡੀ ਸੁਣੀ ਤੇ ਸਾਨੂੰ ਇਹ ਕਹਿਣ ਲੱਗੇ ਕਿ ਭਾਈ ਤੁਸੀਂ ਸ਼੍ਰੋਮਣੀ ਕਮੇਟੀ ਦੇ ਜੋ ਮੈਂਬਰ ਬਣ ਕੇ ਆਏ ਹੋ ਇਹ ਵੀ ਮੇਥੋਂ ਗਲਤੀ ਹੋਈ ਹੈ, ਜੇ ਮੈਂ ਚਾਹੁੰਦਾ ਤਾਂ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਨਹੀਂ ਸੀ ਬਣ ਦੇਣਾ। ਇਹਨਾਂ ਹੰਕਾਰੀ ਬੰਦਾ ਜਿਹੜਾ ਹਰਿਆਣੇ ਵਾਸਤੇ ਤੇ ਸਿੱਖਾਂ ਦੇ ਕੁਝ ਕੀ ਉਹਨੇ ਦੇਣਾ ਸੀ, ਹਰਿਆਣੇ ਦੇ ਸਿੱਖਾਂ ਦੀ ਉਹਨੇ ਬੇਇੱਜ਼ਤੀ ਕਰਕੇ ਅੰਮ੍ਰਿਤਸਰ ਵਿੱਚੋਂ ਸਾਨੂੰ ਜ਼ਿੰਦਗੀ ਕਰਕੇ ਕੱਢਿਆ। ਉਸਦੇ ਬਾਵਜੂਦ ਵੀ ਹਰਿਆਣੇ ਜਿੰਨੀ ਵਾਰ ਵੀ ਸਾਡੀਆਂ ਮੀਟਿੰਗਾਂ ਹੋਈਆਂ, ਕੈਬਨਿਟ ਦੇ ਇਹਨਾਂ ਦੇ ਮੰਤਰੀਆਂ ਨਾਲ ਮੀਟਿੰਗਾਂ ਹੋਈਆਂ, ਅਸੀਂ ਫਿਰ ਵੀ ਕਿਹਾ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਪ੍ਰਸਤੀ ਹੇਠ ਸਭ ਕਮੇਟੀ ਲੈਣ ਨੂੰ ਤਿਆਰ ਆ। ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕੀਤੀ, ਬਾਦਲ ਸਾਹਿਬ ਨੂੰ ਬੇਨਤੀ ਕੀਤੀ, ਮੱਕੜ ਸਾਹਿਬ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ, ਚੰਦੂ ਮਾਦਰੇ ਨੇ ਕੀਤੀਆਂ, ਦਲਜੀਤ ਸਿੰਘ ਚੀਮਾ ਨੇ ਕੀਤੀਆਂ, ਭੁੰਦਰ ਸਾਹਿਬ ਨੇ ਕੀਤੀਆਂ ਅਤੇ ਹੋਰ ਜਿਹਨਾਂ ਦੇ ਢੀਂਡਸਾ ਸਾਹਿਬ ਨੇ ਕੀਤੀਆਂ ਤੇ ਸੁਖਬੀਰ ਬਾਦਲ ਨੇ ਕੀਤੀਆਂ। ਪਰ ਸਾਰੀ ਵਾਰੀ ਹਰ ਗੱਲ ਦੇ ਉੱਤੇ ਭਾਈ ਗਏ, ਸਾਨੂੰ ਇਹਨਾਂ ਬੇਇੱਜ਼ਤੀ ਕਰਕੇ ਵਿਹੜਾ ਕਰਕੇ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬ ਕਮੇਟੀ ਦੇਣ ਦੇ ਲਾੜੇ ਲਾ ਕੇ ਹਮੇਸ਼ਾ ਸਾਡੇ ਨਾਲ ਝੂਠ ਬੋਲ ਕੇ ਗੁੰਮਰਾਹ ਕਰਕੇ ਤੇ ਸਾਡੀ ਇਹਨਾਂ ਬੇਇੱਜ਼ਤੀ ਕਰਨ ਵਿੱਚ ਕੋਈ ਕਦਰ ਨਹੀਂ ਛੱਡੀ। ਹੁਣ ਜਦੋਂ ਹਰਿਆਣਾ ਦੀ ਸਰਕਾਰ ਨੇ ਇਹਨਾਂ ਦੇ 1906 ਦੇ ਬਣਾਏ ਹੋਏ ਕਾਨੂੰਨ ਨੂੰ ਇੰਪਲੀਮੈਂਟ ਕੀਤਾ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦੇ ਐਕਟ ਤੋੜਨ ਦੇ ਜ਼ਿੰਮੇਦਾਰ ਪੰਜਾਬ ਦੇ ਉਹ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਜਿਸ 1900 ਐਕਟ ਦੇ ਮੁਤਾਬਿਕ ਹਰਿਆਣਾ ਦੇ ਪੰਜਾਬ ਦੀ ਵੰਡ ਹੋਈ ਸੀ, ਉਸ ਐਕਟ ਦੇ ਵਿੱਚ ਹੀ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਾਵਧਾਨ ਰੱਖਿਆ ਗਿਆ ਹੈ। ਇਹ ਨਾ ਹਰਿਆਣਾ ਸਰਕਾਰ ਦੀ ਜ਼ਿੰਮੇਵਾਰ ਹੈ, ਨਾ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ, ਇਹ ਜ਼ਿੰਮੇਵਾਰ ਹੈ ਕਿ ਪੰਜਾਬ ਦੇ ਉਹ ਅਕਾਲੀ ਲੀਡਰ ਨੇ ਜਿਨ੍ਹਾਂ ਨੇ 1966 ਦੇ ਵਿੱਚ ਸੈਕਸ਼ਨ 72 ਵਿੱਚ ਇਹ ਪ੍ਰਾਵਧਾਨ ਰੱਖਿਆ ਕਿ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣੇ ਦੇ ਸਿੱਖ ਕਰਨਗੇ। ਅੱਜ ਜਦੋਂ ਇਸ ਸਰਕਾਰ ਨੇ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਕਾਨੂੰਨੀ ਤੌਰ ਤੇ ਹੱਕ ਦੇ ਦਿੱਤਾ ਹੈ, ਹੁਣ ਬਾਦਲ ਸਾਹਿਬ ਨੂੰ ਕਿਸ ਗੱਲ ਦੀ ਤਕਲੀਫ ਹੈ? ਤਕਲੀਫ ਤਾਂ ਕੇਵਲ ਇੱਕੋ ਇੱਕ ਜੋ ਅਸੀਂ ਸੋਚਦੇ ਹਾਂ ਕਿ ਹਰਿਆਣੇ ਦੀਆਂ ਗੋਲਕਾਂ ਜੋ ਹਨ ਉਹ ਸਾਡੇ ਹੱਥਾਂ ਚੋਂ ਨਿਕਲ ਗਈਆਂ ਹਨ। ਹਰਿਆਣੇ ਦੇ ਗੁਰਦੁਆਰੇ ਜੋ ਨਾਢਾ ਸਾਹਿਬ ਜਿਸ ਤਰ੍ਹਾਂ ਬਾਦਲ ਸਾਹਿਬ ਯੂਜ ਕਰਦੇ ਨੇ, ਜਿਸ ਤਰ੍ਹਾਂ ਬਾਦਲ ਸਾਹਿਬ ਦੇ ਸਾਰੇ ਐਲਕਾਰ ਕਿਤੇ ਵੀ ਫੰਕਸ਼ਨ ਹੁੰਦਾ ਨਾਢਾ ਸਾਹਿਬੋਂ ਲੰਗਰ ਜਾਂਦਾ, ਜਿਸ ਤਰ੍ਹਾਂ ਯੂਜ ਹਰਿਆਣੇ ਦੇ ਗੁਰਦੁਆਰਿਆਂ ਨੂੰ ਕਰਕੇ ਰਾਜਨੀਤਿਕ ਤੌਰ ਤੇ ਇਹਨਾਂ ਰਾਜਨੀਤੀਕਰਨ ਕੀਤਾ ਹੋਇਆ ਹੈ, ਇਹ ਹਰਿਆਣੇ ਦੇ ਸਿੱਖਾਂ ਨੂੰ ਜਿਸ ਤਰ੍ਹਾਂ ਨਾਲ ਗੁਲਾਮ ਬਣਾ ਕੇ ਰੱਖਿਆ ਹੈ ਇਹਨਾਂ ਦੇ ਹੱਥੋਂ। ਅੱਜ ਹਰਿਆਣੇ ਦਾ ਜੋ 18 ਲੱਖ ਸਿੱਖ ਇਹਨਾਂ ਨੂੰ ਖਿਸਕਦਾ ਨਜ਼ਰ ਆ ਰਿਹਾ ਹੈ, ਹਰਿਆਣੇ ਦੀਆਂ ਗੋਲਕਾਂ ਖਿਸਕਦੀਆਂ ਨਜ਼ਰ ਆ ਰਹੀਆਂ ਹਨ, ਇਹ ਇਹਨਾਂ ਦੇ ਇਹ ਪੇਟ ਵਿੱਚ ਪੀੜ ਹੈ ਕਿ ਜੇ ਹਰਿਆਣੇ ਦੀਆਂ ਗੋਲਕਾਂ ਵੀ ਸਾਡੇ ਹੱਥੋਂ ਨਿਕਲ ਗਈਆਂ, ਹਰਿਆਣੇ ਦੇ ਸਿੱਖ ਵੀ ਸਾਡੇ ਇੱਥੋਂ ਨਿਕਲ ਗਏ ਤੇ ਸਾਡੇ ਇਕੱਲੇ ਕੁਝ ਨਹੀਂ ਰਹਿ ਜਾਣਾ, ਜੋ ਅਸੀਂ ਹਰਿਆਣੇ ਦੇ ਸਿੱਖਾਂ ਦੇ ਵੋਟਾਂ ਦੇ ਬਦਲੇ ਬੜੇ ਵੱਡੇ ਰਾਜਨੀਤਿਕ ਫਾਇਦੇ ਚੁੱਕ ਰਹੇ ਹਾਂ, ਉਹ ਸਾਨੂੰ ਫਾਇਦੇ ਹੋਣੇ ਬੰਦ ਹੋ ਜਾਣਗੇ।
ਇਸ ਕਰਕੇ ਅੱਜ ਬਾਦਲ ਸਾਹਿਬ ਤਰਲੇ ਮੱਛੀ ਹੋਏ, ਅੱਜ ਖੂਨ ਦੇ ਪਿਆਸੇ ਹਰਿਆਣਾ ਦੇ ਸਿੱਖਾਂ ਦੇ, ਖੂਨ ਦੇ ਪਿਆਸੇ ਹੋਏ ਬੈਠੇ ਨੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ, ਜੋ ਇਹਨਾਂ ਜੋ ਅੱਜ ਪਹਿਲਾਂ ਧਾਰਮਿਕ ਧਾਰਮਿਕ ਮਹੰਤ 1925 ਤੋਂ ਪਹਿਲਾਂ ਗੁਰੂ ਘਰਾਂ ਵਿੱਚ ਕਰਦੇ ਸਨ, ਅੱਜ ਜੋ ਸਤਾ ਦੇ ਮਹੰਤ ਜਿਹੜੇ ਹਨ ਆਪਣੇ ਆਪਣੇ ਆਪ ਨੂੰ ਅਕਾਲੀ ਪਾਰਟੀ ਦੇ ਧਰਮੀ ਸਿੱਖ ਧਰਮ ਦੇ ਅਕਾਲੀ ਪੰਥ ਦੇ ਮੰਨਦੇ ਹਨ, ਮੈਂ ਸਮਝਦਾ ਅੱਜ ਇਹ ਸਤਾ ਦੇ ਮਹੰਤ ਹਨ ਅਤੇ ਅਕਾਲੀ ਦਲ ਬਾਦਲ ਨਾ ਹੋ ਕੇ ਇੱਕ ਇਹਨਾਂ ਵਿੱਚ ਵੀ ਮੈਂ ਸਮਝਦਾ ਹਾਂ ਕਿ ਉਹ ਮਹੰਤਾਂ ਵਾਲੀ ਰੂਹ ਆ ਚੁੱਕੀ ਹੈ, ਜਿਸ ਤਰ੍ਹਾਂ ਉਦੋਂ ਗੁਰੂ ਘਰਾਂ ਵਿੱਚ ਮੱਥਾ ਟੇਕਣ ਤੋਂ ਰੋਕਿਆ ਜਾਂਦਾ ਸੀ, ਅੱਜ ਸਾਡੇ ਬੀਬੀਆਂ ਬੱਚੇ ਜਦੋਂ ਮੱਥਾ ਟੇਕਣ ਜਾਂਦੇ ਹਨ ਉਹਨਾਂ ਚਲਾਸੀ ਲਈ ਜਾਂਦੀ ਹੈ, ਅੱਜ ਸਾਡੇ ਬੀਬੀਆਂ ਬੱਚੇ ਜਦੋਂ ਉੱਥੇ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਜਾਂਦੇ ਹਨ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਹਨ, ਸਾਡੀ ਹਰਿਆਣੇ ਦੀ ਸਿੱਖ ਸੰਗਤ ਅੱਜ ਪੁੰਜੇ ਸਾਉਣ ਨੂੰ ਬੇਬਸ ਹੈ, ਪਰ ਇਹਨਾਂ ਲੋਕਾਂ ਨੇ ਜਿਸ ਤਰ੍ਹਾਂ ਗੁੰਡੇ ਬਦਮਾਸ਼ ਸਾਰੀਆਂ ਸਰਾਵਾਂ ਦੇ ਵਿੱਚ ਭਰੇ ਹੋਏ ਹਨ, ਉੱਥੇ ਜਿੰਨੀਆਂ ਵੱਡ ਫੈਲੀਆਂ ਹੋ ਰਹੀਆਂ ਹਨ ਤੇ ਜੋ ਕੁਝ ਉੱਥੇ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਤੇ ਕਿੱਥੋਂ ਵੀਰ ਜੀ? ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ, ਜਗਰੂ ਸਿੰਘ ਸਭਾ ਇੰਟਰਨੈਸ਼ਨਲ ਯੂਕੇ। ਹਾਂਜੀ ਸਿੰਘ ਸਭਾ ਇੰਟਰਨੈਸ਼ਨਲ ਯੂਕੇ ਦੇ ਪ੍ਰੈਜ਼ੀਡੈਂਟ ਸਰਦਾਰ ਜਗਰੂਪ ਸਿੰਘ ਇਸ ਸਮੇਂ ਸਾਡੇ ਨਾਲ ਰੇਡੀਓ ਦੇ ਉੱਤੇ ਲਾਈਵ ਫੋਨ ਦੇ ਰਾਹੀਂ ਆ ਗਏ ਨੇ। ਆਓ ਉਹਨਾਂ ਤੋਂ ਪੁੱਛਦੇ ਹਾਂ ਵੀ ਉਹ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਇਹਨਾਂ ਦਾ ਕੀ ਸਵਾਲ ਆ ਸਰਦਾਰ ਜਗਦੀਪ ਸਿੰਘ ਝਿੰਡੇ ਨੂੰ। ਅੱਛਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕਿਹਾ ਗਿਆ ਮੀਡੀਆ ਜਿਹੜਾ ਇਸ ਚੀਜ਼ ਨੂੰ ਲੈ ਕੇ ਆਇਆ ਬਹੁਤ ਸਾਲਾਂ ਤੋਂ ਗੁਰੂ ਬਖਸ਼ ਉਡੀਕ ਸੀਗੀ ਜੀ ਉਡੀਕ ਸੀਗੀ ਤੇ ਬਾਕੀ ਮਹੀਨਾ ਸਾਹਿਬ ਨੂੰ ਸਾਡੀ ਇਹ ਹੈ ਜੀ ਕਿ ਇਹ ਡਟਦੇ ਰਹਿਣ, ਸਾਡਾ ਜਿੰਨਾ ਵੀ ਇੱਥੇ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਰੱਖਿਆ ਤੇ ਇਹ ਅਸੀਂ ਫੋਕੀ ਫਲਕ ਨੀ ਮਾਰਨ ਲੱਗੇ, ਦਾਅਵੇ ਨਾਲ ਕਹਿੰਦੇ ਇਹਨਾਂ ਨੂੰ ਅਸੀਂ ਸੋਨੇ ਦੇ ਸਿੱਕੇ ਨਾਲ ਤੁਲਾਂਗੇ ਜੀ ਜੀ ਏਦਾਂ ਹੀ ਏਦਾਂ ਹੀ ਇਹ ਡਟੇ ਰਹਿਣ। ਬਹੁਤ ਚਿਰਾਂ ਤੋਂ ਗਾਣਾ ਸੁਣਦੇ ਹੁੰਦੇ ਸੀ ਭੇਜੀ ਦਸਮ ਪਿਤਾ ਬਾਜ ਕਿੱਥਰ ਫੇਰ ਉਲਾਰੀਆਂ ਮਾਰਦੇ, ਇਹਨਾਂ ਨੂੰ ਬਾਜ ਬਣਾ ਕੇ ਭੇਜਿਆ ਗੁਰੂ ਸਾਹਿਬ ਨੇ, ਬਾਜ ਹੀ ਬਣੇ ਰਹਿਣ ਤੇ ਕਿੱਥਰਾਂ ਨੂੰ ਕਿੱਥਰ ਕਰਦੇ। ਬਿਲਕੁਲ ਬਿਲਕੁਲ ਝਿੰਡਾ ਸਾਹਿਬ ਨੇ ਇਹ ਸ਼ਵਾਸ, ਬਹੁਤ ਧੰਨਵਾਦ ਸਰਦਾਰ ਜਗਰੂਪ ਸਿੰਘ ਜੀ। ਨਹੀਂ ਕਿਉਂਕਿ ਬਾਜ ਦੀ ਬਹੁਤ ਬੜੀ ਖਾਸੀਅਤ ਹੁੰਦੀ ਹੈ, ਬਾਜ ਕਦੇ ਪਿੰਜਰੇ ਚ ਕਿਸੇ ਨੇ ਦੇਖਿਆ ਦੱਸੋ ਅੱਜ ਤੱਕ ਕੋਈ ਕਦੇ ਪਿੰਜਰੇ ਚ ਬਾਜ ਨਹੀਂ ਪਿੰਜਰੇ ਚ ਪੈਂਦਾ। ਬਿਲਕੁਲ ਠੀਕ ਹੈ ਗੱਲ, ਬਿਲਕੁਲ ਠੀਕ ਹੈ। ਏਦਾਂ ਇਹ ਡਟੇ ਰਹਿਣ ਤੇ ਬਹੁਤ ਧੰਨਵਾਦ ਨਾਲ ਅਸੀਂ ਪੂਰਾ ਮੋਢੇ ਨਾਲ ਮੋਢਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਜਗਦੀਪ ਸਿੰਘ ਜੀ, ਤੁਸੀਂ ਗੱਲ ਜਿਹੜੀ ਆ ਸੁਣੀ ਸਾਰੀ? ਸਰਦਾਰ ਜਗਰੂਪ ਸਿੰਘ ਜੀ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਉਹਨਾਂ ਦੇ ਬਾਰੇ, ਉਹ ਇੰਟਰਨੈਸ਼ਨਲ ਸਿੰਘ ਸਭਾ ਯੂਕੇ ਦੇ ਜਿਹੜੇ ਆ ਪ੍ਰਧਾਨ ਆ ਜੀ ਜੀ ਜੀ, ਤੇ ਉਹਨਾਂ ਨੇ ਇਹ ਗੱਲ ਕਹੀ ਆ ਬਈ ਜਿਹੜਾ ਤੁਸੀਂ ਕੰਮ ਕਰਦੇ ਉਹ ਕਦੀ ਵੀ ਪਿੰਜਰੇ ਦੇ ਵਿੱਚ ਨਹੀਂ ਪੈਂਦਾ, ਤੇ ਨਾਲ ਦੀ ਨਾਲ ਕੌਮ ਦੇ ਲਈ ਕੁਛ ਕਰਦੇ ਆ ਉਹਨਾਂ ਦੇ ਲਈ ਹਰ ਸਮੇਂ ਤਿਆਰ ਆ, ਤੇ ਕਹਿੰਦੇ ਆ ਵੀ ਜੇ ਇਹ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਕਰਦੇ ਆ ਤੇ ਕੌਮ ਇਹਨਾਂ ਨੂੰ ਸੋਨੇ ਦੇ ਨਾਲ ਧੋਣ ਲਈ ਵੀ ਤਿਆਰ ਆ, ਹਰ ਪੱਖ ਤੋਂ ਉਹ ਤੁਹਾਡੇ ਨਾਲ ਖੜੇ ਆ। ਸਿੰਘ ਸਭਾ ਇੰਟਰਨੈਸ਼ਨਲ ਯੂਕੇ ਵੱਲੋਂ ਸਰਦਾਰ ਜਗਰੂਪ ਸਿੰਘ, ਬਹੁਤ ਬਹੁਤ ਧੰਨਵਾਦ ਸੀਗਾ ਉਹਨਾਂ ਦਾ। ਤੇ ਆਪਣੇ ਨਾਲ ਇੱਕ ਹੋਰ ਕਾਲਰ ਜੁੜੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਤੇ ਕਿੱਥੋਂ? ਮੈਂ ਜੀ ਪਰਗਨ ਸਿੰਘ ਬੋਲਦਾ ਆਕਸਫੋਰਡ ਤੋਂ। ਹਾਂਜੀ ਸਰਦਾਰ ਪਰਗਨ ਸਿੰਘ ਜੀ, ਆਕਸਫੋਰਡ ਦੇ ਆਪਾਂ ਸਾਬਕਾ ਪ੍ਰਧਾਨ ਸੀ ਆਕਸਫੋਰਡ ਸ੍ਰੀ ਗੁਰੂ ਸਿੰਘ ਸਭਾ ਦੇ ਜੀ, ਸਿੱਖ ਸਪਿਰਿਟ ਆਰਗੇਨਾਈਜੇਸ਼ਨ ਦੇ ਮੌਜੂਦਾ ਪ੍ਰਧਾਨ ਜੀ ਜੀ। ਤੇ ਸਾਡੀ ਸਰਦਾਰ ਢੀਂਡਸਾ ਸਾਹਿਬ ਉਹਨਾਂ ਨੂੰ ਇਹ ਆ ਜੀ ਬੇਨਤੀ ਵੀ ਜਿਹੜੇ ਵੀ ਮੋਰਚੇ ਤੇ ਤੁਸੀਂ ਲਿਆ ਨਾ ਇੱਥੇ ਅੜੇ ਰਵੋ ਜੀ, ਸਾਰੀ ਜਿਹੜੀ ਬਾਹਰਲੀ ਸੰਗਤ ਹੈ ਤੁਹਾਡੇ ਨਾਲ ਹੈ ਜੀ, ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਪਰਗਨ ਸਿੰਘ ਜੀ। ਜਦੋਂ ਤੁਸੀਂ ਇਸ ਮੋਰਚੇ ਦੀ ਫਤਿਹ ਹਾਸਲ ਕਰ ਲਵੋਗੇ ਤੁਹਾਨੂੰ ਅਸੀਂ ਇਸ ਕੰਟਰੀ ਵਿੱਚ ਬੁਲਾ ਕੇ ਤੁਹਾਨੂੰ ਸੋਨੇ ਦੇ ਵਿੱਚ ਤੋਲਾਂਗੇ ਜੀ। ਵਾਹਿਗੁਰੂ
ਝਿੰਡਾ ਸਾਹਿਬ ਮੈਂ ਗੱਲ ਇੱਕ ਕਲੀਅਰ ਕਰਦੇ ਆ ਕਿ ਮੇਰਾ ਜਨਮ ਇਸ ਮਿੱਟੀ ਦੇ ਵਿੱਚ ਹੋਇਆ ਜਿੱਥੇ ਤੁਸੀਂ ਅੱਜ ਮੋਰਚਾ ਲਾ ਕੇ ਬੈਠੇ ਹੋ ਤੇ ਮੈਂ ਇਹ ਆਪ ਸੰਤਾਪ ਜਿਹੜਾ ਆਪਣੀ ਹੱਡੀ ਹੰਡਾਇਆ ਆ ਤੇ ਮੈਂ ਇੱਕ ਗੱਲ ਪਹਿਲਾਂ ਪ੍ਰੋਗਰਾਮ ਦੇ ਵਿੱਚ ਕਲੀਅਰ ਕਰ ਦਿੱਤੀ ਸੀਗੀ ਵੀ ਇਹ ਜਿਹੜਾ ਰੇਡੀਓ ਸਿੰਘ ਨਾਲ ਸਾਡਾ ਸੈਟਅਪ ਕਰਨ ਦਾ ਮਕਸਦ ਸੀਗਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਸੁਣਿਆ ਜਾ ਰਿਹਾ ਉਹਦੇ ਵਿੱਚ ਕੇਵਲ ਤੇ ਕੇਵਲ ਇਹ ਮਕਸਦ ਸੀਗਾ ਕਿ ਇੱਥੋਂ ਸਿਰਫ ਜਿਉਂਦੀਆਂ ਸ਼ਖਸੀਅਤਾਂ ਹੀ ਸੰਗਤਾਂ ਦੇ ਨਾਲ ਸਾਂਝ ਪਾਉਣ। ਮੈਂ ਗੱਲ ਫਿਰ ਕਲੀਅਰ ਕਰ ਦਿਆਂ ਜਿਉਂਦੇ ਜਿਉਂਦੇ ਜ਼ਮੀਰ ਵਾਲੇ ਬੰਦੇ। ਸੋ ਬਹੁਤ ਧੰਨਵਾਦ। ਅਖੀਰ ਦੇ ਵਿੱਚ ਮੈਂ ਕਿਉਂਕਿ ਤੁਸੀਂ ਇਹ ਜਿਹੜੀ ਪਹਿਲਾਂ ਗੱਲ ਲੜੀ ਤੋਰਦੇ ਸੀਗੇ ਤਾਂ ਇਹ ਲੜੀ ਉਹ ਜਿਹੜੀ ਸਰਦਾਰ ਦੀਦਾਰ ਸਿੰਘ ਨਲਵੀ ਜਾਂ ਹੋਰ ਸਟੇਸ਼ਨਾਂ ਤੇ ਇਹ ਸਾਰੀ ਗੱਲਾਂ ਤੁਸੀਂ ਮੇਰੇ ਨਾਲ ਮੈਂ ਪਰਸੋਂ ਤੋਂ ਤੁਹਾਡੇ ਨਾਲ ਜੁੜਿਆ ਹਾਂ ਉੱਥੇ ਆਪਾਂ ਗੱਲਬਾਤ ਲਾਈਵ ਕਰਦੇ ਪਏ ਹਾਂ। ਇਹ ਲੜੀ ਦਾ ਸਾਰਿਆਂ ਨੂੰ ਪਤਾ ਪਰ ਮੌਜੂਦਾ ਹਾਲਾਤ ਦੇ ਬਾਰੇ ਇੱਕ ਹੋਰ ਫੋਨ ਆਪਣੇ ਨਾਲ ਆਉਂਦਾ ਪਿਆ ਆਪਾਂ ਉਹਨਾਂ ਨੂੰ ਪੁੱਛੀਏ ਜੀ ਕੌਣ ਨੇ ਤੇ ਜੀ ਆਇਆ ਕਹੀਏ ਤੇ ਫਿਰ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਤੋਰਦੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੇਡੀਓ ਸਿੰਘ ਨਾਲ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ? ਮੈਂ ਕਹਿਣਾ ਚਾਹਾਂਗਾ ਬਈ ਸਿੱਖ ਨੂੰ ਹਮੇਸ਼ਾ ਹੀ ਸੰਘਰਸ਼ ਕਰਨਾ ਪੈਂਦਾ ਰਿਹਾ ਆਪਣੇ ਹੱਕ ਪ੍ਰਾਪਤ ਕਰਨ ਲਈ। ਝਿੰਡਾ ਸਾਹਿਬ ਨੂੰ ਜੇ ਸੰਘਰਸ਼ ਕਰਨਾ ਪੈ ਰਿਹਾ ਕੋਈ ਏਡੀ ਅਜੀਬ ਗੱਲ ਨੀ, ਪਰ ਦੁੱਖ ਇਹ ਹੈ ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ, ਇਹ ਲਿਪਟੇ ਹੋਏ ਨੇ ਗੋਲਕਾਂ ਨੂੰ ਮਾਇਆ ਮੰਤਾ ਮੋਨੀ ਜਿਨ ਬਿਨ ਦੰਤਾ ਜਖਾ। ਹਰਕੀਰਤ ਸਿੰਘ ਜੀ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਅਦਾਰਾ ਸਿੰਘ ਨਾਦ ਰੇਡੀਓ ਵੱਲੋਂ ਤੇ ਜਾਂ ਜਿਹੜੇ ਕੌਮ ਦੇ ਸਿਰਮੋਰ ਜਿਹੜੇ ਆ ਇਸ ਰੇਡੀਓ ਤੋਂ ਬੁਲਾਏ ਜਾ ਰਹੇ ਆ, ਇਹ ਇਹਨਾਂ ਗੋਲਕਾਂ ਨੂੰ ਸਹੀ ਵਰਤੋਂ ਦੀ ਦਿਸ਼ਾ ਵਿੱਚ ਲਿਜਾਣ ਵਾਸਤੇ ਇਹ ਉਪਰਾਲਾ ਕੀਤੇ ਜਾ ਰਹੇ ਨੇ। ਬਹੁਤ ਬਹੁਤ ਧੰਨਵਾਦ ਆ ਤੁਹਾਡਾ। ਗੱਲ ਆ ਵੀਰ ਜੀ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਆ। ਤੁਸੀਂ ਹੁਣੇ ਗੱਲ ਕੀਤੀ ਸੀ ਇਹ ਜਾਗਦੀਆਂ ਜ਼ਮੀਰਾਂ ਵਾਲਿਆਂ ਲਈ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਇਆ ਵੀ ਇੱਥੇ ਦੀ ਸੰਗਤ ਨੇ ਉਪਰੇਲਾ ਕਰਕੇ 17 ਤੇ 18 ਮਈ ਨੂੰ ਭਾਈ ਜਸਵੀਰ ਸਿੰਘ ਹੋਰਾਂ ਨੂੰ ਸੱਦਿਆ ਸੀ ਜੀ, ਤੇ ਉਸ ਤੋਂ ਪਹਿਲਾਂ 2 ਵਾਰੀ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੂੰ ਸੱਦ ਚੁੱਕੇ ਆ। ਬਹੁਤ ਧੰਨਵਾਦ ਸਰਦਾਰ ਹਕੀਰਤ ਸਿੰਘ ਜੀ, ਤੁਸੀਂ ਆਪਣੀ ਜਾਗਦੀ ਜ਼ਮੀਰ ਦਾ ਏਦੋਂ ਵੱਡਾ ਉਦਾਹਰਣ ਕੋਈ ਦੇ ਨਹੀਂ ਸਕਦੇ। ਗੁਰੂ ਦੇ ਚਰਨਾਂ ਚ ਵਾਹਿਗੁਰੂ, ਝਿੰਡਾ ਸਾਹਿਬ, ਨਲਵੀ ਸਾਹਿਬ ਤੇ ਹੋਰ ਸਾਰਿਆਂ ਨੂੰ ਸਫਲਤਾ ਬਖਸ਼ਣ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ। ਧੰਨਵਾਦ ਵੀਰ ਜੀ, ਕਿਉਂਕਿ ਸਾਡੀਆਂ ਕੋਲਾਂ ਕਾਫੀ ਬਿਜ਼ੀ ਆ ਤੇ ਮੈਂ ਬਹੁਤ ਮਾਫੀ ਚਾਹੁੰਦਾ ਆ, ਤੇ ਇਸੇ ਤਰ੍ਹਾਂ ਜੁੜੇ ਰਹੋ ਰੇਡੀਓ ਸਿੰਘ ਨਾਦ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਜਗਜੀਤ ਸਿੰਘ ਜੀ ਇਹ ਸਵੀਡਨ ਤੋਂ ਸੀਗੇ, ਸਿੰਘ ਹਰਕੀਰਤ ਸਿੰਘ ਜੀ ਉਹ ਵੀ ਆਪਣੇ ਨਾਲ ਆਸ਼ਵਾਸਨ ਦੇ ਕੇ ਗਏ ਆ ਸਵੀਡਨ ਦੀ ਸੰਗਤ ਵੱਲੋਂ ਵੀ ਸਵੀਡਨ ਦੀ ਪੂਰੀ ਸੰਗਤ ਜਿਹੜੀ ਆ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀਰ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਤੇ ਮੈਂ ਹੁਣ ਇੱਕ ਤੁਸੀਂ ਇਹਦੇ ਵਿੱਚ ਕੀ ਸੁਧਾਰ ਲੈ ਕੇ ਆਓਗੇ ਆਉਣ ਵਾਲੇ ਸਮੇਂ ਦੇ ਵਿੱਚ? ਜਿਹੜਾ ਇਹ ਪ੍ਰਬੰਧ ਮੌਜੂਦਾ ਚੱਲਦਾ ਹੈ ਪਿਆ ਇਸ ਨੂੰ ਵੀ ਤੁਸੀਂ ਚੈਲੰਜ ਕਰੋਗੇ ਕਿਤੇ ਨਾ ਕਿਤੇ? ਅਖੀਰ ਦੇ ਵਿੱਚ ਬੜੇ ਛੋਟੇ ਲਫ਼ਜ਼ਾਂ ਦੇ ਵਿੱਚ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿਉਂਕਿ ਸਮਾਂ ਆਪਣੇ ਕੋਲ ਬੜਾ ਸੀਮਿਤ ਆ, ਤੇ ਇਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਿਹੜਾ ਹਰਦੀਪ ਸਿੰਘ ਦੇਵੜੀ ਵਾਲੇ ਨੂੰ ਵੀ ਨਾਲ ਲੈਣਾ। ਹਾਂਜੀ ਜੀ ਜੀ, ਮੈਂ ਸਮਝਦਾ ਹਾਂ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਅਕਾਲ ਤਖ਼ਤ ਸਾਹਿਬ ਜੀ ਇੱਕ ਬਹੁਤ ਹੀ ਸਿੱਖ ਕੌਮ ਵਾਸਤੇ ਮਾਣ ਵਾਲੀ ਗੱਲ ਸੀ, ਆਦਰ ਸਨਮਾਨ ਵਾਲੀ ਗੱਲ ਸੀ। ਉਸ ਤਖ਼ਤ ਤੋਂ ਜਦੋਂ ਕਿਤੇ ਵੀ ਹੁਕਮਨਾਮਾ ਜਾਰੀ ਹੁੰਦਾ ਭਾਵੇਂ ਕਿੱਡੀ ਦੀ ਕਿੱਡੀ ਵੱਡੀ ਸ਼ਖਸੀਅਤ ਸੀ ਉਹਨੂੰ ਉਹਦੇ ਅੱਗੇ ਸਿਰ ਨਵਾਉਣਾ ਪਿਆ ਹੈ, ਪਰ ਅੱਜ ਬਾਦਲ ਸਾਹਿਬ ਨੇ ਇਸ ਤਖ਼ਤ ਨੂੰ ਰੋਲ ਕੇ ਰੱਖ ਦਿੱਤਾ ਹੈ। ਅੱਜ ਇਸ ਤਖ਼ਤ ਦੇ ਉੱਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਣਾਏ ਹੋਏ ਤਖ਼ਤ ਤੇ ਵੀ ਅੱਜ ਜੋ ਆਮ ਸੰਗਤ ਹੈ ਉਹ ਵੀ ਉਂਗਲਾ ਚੁੱਕਣ ਲੱਗ ਪਈ ਹੈ। ਇਹ ਜ਼ਿੰਮੇਵਾਰ ਅੱਜ ਦੇ ਰਾਜਨੀਤਿਕ ਇਹ ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਣ, ਰਾਜ ਦੇ ਠੇਕੇਦਾਰ ਸਮਝਣ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖ ਪੰਥ ਨੂੰ ਰੋਲ ਕੇ ਰੱਖ ਦਿੱਤਾ, ਪੰਜਾਬ ਦੇ ਵਿੱਚ ਅੱਜ 15-16 ਜੱਟੀਆਂ ਬੰਦੀਆਂ ਨੂੰ ਪਰਵਾਹ ਨਾ ਕਰਦੇ ਹੋਏ ਆਰ ਐਸ ਐਸ ਦੇ ਨਾਲ ਸਮਝੌਤਾ ਕਰਕੇ ਸਿੱਖ ਧਰਮ ਨੂੰ ਤੇ ਸਿੱਖੀ ਨੂੰ ਤਬਾਹ ਕਰਨ ਤੇ ਟੁੱਲੇ ਹੋਏ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੀਆਂ ਮੈਨੂੰ ਵੀ ਅੱਜ ਇਸ ਤਰ੍ਹਾਂ ਰੋਲਿਆ ਹੈ। ਇਹ ਦੁਨੀਆਂ ਦੇ ਬਿਲਕੁਲ ਸਾਹਮਣੇ ਹੈ, ਅਸੀਂ
ਨਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਣ ਵਿੱਚ ਆਏਗੀ ਤੇ ਸਾਡੀ ਪਹਿਲੀ ਜੰਗ ਹੋਏਗੀ ਕਿ ਕਾਰਤਕ ਸਾਹਿਬ ਨੂੰ ਕਿਸ ਤਰ੍ਹਾਂ ਆਪਾਂ ਆਜ਼ਾਦ ਕਰਵਾਉਣਾ ਹੈ ਤੇ ਕਾਰਤਕ ਸਾਹਿਬ ਅਕਾਲ ਤਖ਼ਤ ਸਾਹਿਬ ਨਹੀਂ ਦੁਨੀਆਂ ਦੇ ਵਿੱਚ ਉਹੀ ਸ਼ਕਤੀ ਬਣ ਕੇ ਉਭਰਨ ਜਦੋਂ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਜੋ ਇਸ ਤਖ਼ਤ ਦੀ ਸ਼ਖਸੀਅਤ ਬਣਾਈ ਸੀ ਜੋ ਇਸ ਤਖ਼ਤ ਦਾ ਰੁਕਮਾ ਦਿੱਤਾ ਸੀ ਉਹ ਰੁਕਮੇ ਨੂੰ ਬਰਕਰਾਰ ਰੱਖਣ ਵਾਸਤੇ ਸਾਡੀ ਅਗਲੀ ਲੜਾਈ ਹੋਵੇਗੀ ਹਰਿਆਣੇ ਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਕਿ ਦੁਨੀਆਂ ਭਰ ਦੇ ਵਿੱਚ ਇਸ ਅਕਾਲ ਤਖ਼ਤ ਦੀ ਉਹੀ ਮਹੱਤਤਾ ਬਣੇ ਉਹੀ ਮਹਾਨਤਾ ਬਣੇ ਉਸੇ ਤਰ੍ਹਾਂ ਹੀ ਅਕਾਲ ਤਖ਼ਤ ਤੇ ਪੂਜਿਆ ਜਾਏ ਉਸੇ ਤਰ੍ਹਾਂ ਹੀ ਅਕਾਲ ਤਖ਼ਤ ਦੀ ਜਿਹੜੀ ਸ਼ਕਤੀ ਹੈ ਉਸਨੂੰ ਦੁਨੀਆਂ ਭਰ ਦੇ ਸਿੱਖ ਸ਼ੀਸ਼ ਮਾਰ ਨਾ ਕਿ ਉਂਗਲਾ ਖਾਣ ਇਹ ਮੇਰੇ ਦਿਲ ਦੀ ਭਾਵਨਾ ਹੈ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਤਾਂ ਕੀ ਕਾਇਮ ਰੱਖਣੀ ਸੀ ਅਕਾਲ ਤਖ਼ਤ ਸਾਹਿਬ ਨੂੰ ਬਿਲਕੁਲ ਇਹਨਾਂ ਦੇ ਸ਼ਖਸੀਅਤ ਨੂੰ ਖਤਮ ਕਰਕੇ ਰੱਖਿਆ ਹੋਇਆ। ਹਾਂਜੀ ਜਗਜੀਤ ਸਿੰਘ ਜਿੰਦਾ ਆਪਣੇ ਨਾਲ ਇੱਕ ਕਾਲਰ ਜੁੜੇ ਨੇ ਆਪਾਂ ਉਸ ਤੋਂ ਬਾਅਦ ਇਸੇ ਲੜੀ ਨੂੰ 2 ਮਿੰਟ ਲਈ ਹੋਰ ਜਾਰੀ ਰੱਖਾਂਗੇ ਤੇ ਦੇਖਦੇ ਆ ਕੌਣ ਤੇ ਕਿੱਥੋਂ ਬੋਲਦੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੌਣ ਤੇ ਕਿੱਥੋਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਵਤਾਰ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਰੇਡੀਓ ਸਿਗਨਲ ਦੇ ਵਿੱਚ ਤੇ ਸਾਡੇ ਕੋਲ ਸਮਾਂ ਬੜਾ ਸੀਮਿਤ ਆ, ਪਲੀਜ਼ ਜਿਹੜੇ ਤੁਸੀਂ ਆਪਣੇ ਵਿਚਾਰ ਰੱਖਣੇ ਆ ਬੜੇ ਸੰਖੇਪ ਦੇ ਵਿੱਚ ਤੁਸੀਂ ਜਿਹੜੇ ਆ ਇਸ ਰੇਡੀਓ ਸਟੇਸ਼ਨ ਤੇ ਆਪਣਾ ਵਿਚਾਰ ਰੱਖੋ। ਛੋਟਾ ਜਿਹਾ ਮੈਂ ਸਵਾਲ ਪੁੱਛਣਾ ਚਾਹੁੰਦਾ ਸੀਗਾ ਆਪਣਾ ਕਿੰਡਾ ਸਾਹਿਬ ਨੂੰ, ਪਹਿਲੀ ਗੱਲ ਤੋਂ ਮੁਬਾਰਕ ਦੇਣਾ ਚਾਹਾਂਗਾ ਉਹਨਾਂ ਨੂੰ ਜਿਹੜੀ ਪ੍ਰਬੰਧਕ ਕਮੇਟੀ ਉਹਨਾਂ ਨੇ ਬਣਾਈ ਹੈ ਅਲੱਗ ਤੋਂ ਜੀ, ਔਰ ਜਲਦੀ ਮੈਂ ਵੀ ਚਾਹਾਂਗਾ ਕਿ ਅਸੀਂ ਸਾਰੇ ਚਾਹਾਂਗੇ ਕਿ ਉਹਨਾਂ ਨੂੰ ਪ੍ਰਬੰਧ ਮਿਲ ਜਾਣ। ਸਵਾਲ ਇਸ ਗੱਲ 'ਚ ਵੀ ਜਦੋਂ ਇਹਨਾਂ ਨੂੰ ਪ੍ਰਬੰਧ ਹੱਕ ਨੂੰ ਹੋ ਜਾਣਗੇ ਤੇ ਕੀ ਜਿੱਦਾਂ ਇਹਨਾਂ ਨੇ ਹੁਣੇ ਅਕਾਲ ਤਖ਼ਤ ਬਾਰੇ ਬੋਲਿਆ ਕਿ ਅਸੀਂ ਆਜ਼ਾਦ ਕਰਾਵਾਂਗੇ, ਉਹਨਾਂ ਨੂੰ ਵੀ ਪਤਾ ਕਿ ਉੱਥੇ ਦੀ ਤੂੜਨਾਮੇ ਜਿਹੜੇ ਜਾਰੀ ਹੁੰਦੇ ਨੇ ਉਹਨਾਂ ਨੂੰ ਅਸੀਂ ਹੁਣ ਮੰਨਦੇ ਨਹੀਂ ਹਾਂ ਜੀ, ਕਿਉਂਕਿ ਉਹ ਹੁਣ ਜਦੋਂ ਪ੍ਰਬੰਧ ਹਾਸਿਲ ਕਰ ਲੈਣਗੇ ਕਿ ਉਹ ਪ੍ਰੋਫੈਸਰ ਸਾਹਿਬ ਨੂੰ ਸਟੇਜਾਂ ਦੇਣਗੇ ਕਿਉਂਕਿ ਉਹਨਾਂ ਦੇ ਕੂੜਨਾਮੇ ਨੇ, ਅਸੀਂ ਸਾਨੂੰ ਤਾਂ ਪਤਾ ਉਸ ਬਾਰੇ। ਦੂਜਾ ਕਿ ਉਹ ਉਹਨਾਂ ਦਾ ਰਚਨਾਵਾਂ ਦਾ ਕੂੜ ਰਚਨਾਵਾਂ ਜਿੰਨਾ ਅਸੀਂ ਮਿਲ ਕੇ ਵਿਰੋਧ ਕਰ ਰਹੇ ਹਾਂ ਕਿ ਉਹ ਉਸ ਮੁਹਿੰਮ 'ਚ ਹਾਸਿਲ ਸ਼ਾਮਿਲ ਹੋਣਗੇ। ਜੀ ਜੀ ਬਹੁਤ ਧੰਨਵਾਦ ਅਵਤਾਰ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਆ ਮੈਂ ਉਹ ਪਾਸ ਕਰ ਦੇਣਾ ਸਰਦਾਰ ਜਗਜੀਤ ਸਿੰਘ ਝੀਂਡਾ ਹੋਰਾਂ ਨੂੰ, ਕਿਉਂਕਿ ਤੁਸੀਂ ਬੜਾ ਕੀਮਤੀ ਜਿਹੜਾ ਨੁਕਤਾ ਸਾਂਝਾ ਕੀਤਾ। ਸਰਦਾਰ ਜਗਜੀਤ ਸਿੰਘ ਜੀ, ਜਗਜੀਤ ਸਿੰਘ ਜੀ ਮੈਂ ਇੱਥੋਂ ਤੁਹਾਨੂੰ ਕਲੀਅਰ ਕਰਦਿਆਂ ਵੀ ਇਹ ਅਵਤਾਰ ਸਿੰਘ ਜਿਹੜੇ ਬੋਲਦੇ ਸੀਗੇ ਇਹਨਾਂ ਨੇ ਇਹ ਗੱਲ ਕਹੀ ਹੈ, ਤੇ ਉਸ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਿਆਂ ਤੁਹਾਡੇ ਸ਼ਬਦਾਂ ਦੇ ਮੁਤਾਬਕ ਵੀ ਜਿਹੜਾ ਤੁਸੀਂ ਕਿਹਾ ਵੀ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣਾ ਹਰਿਆਣਾ ਕਮੇਟੀ ਜਦੋਂ ਪੂਰੀ ਤਰ੍ਹਾਂ ਕਾਬਜ਼ੇ ਵਰਗੀ ਗੁਰਦੁਆਰਿਆਂ ਦੇ ਵਿੱਚ ਕਾਨੂੰਨੀ ਤੌਰ ਤੇ ਉਸ ਤੋਂ ਬਾਅਦ ਪਹਿਲਾ ਮੁੱਦਾ ਹੋਵੇਗਾ, ਤੇ ਇੱਥੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਅਕਾਲ ਤਖ਼ਤ ਆਜ਼ਾਦ ਪ੍ਰੋਫੈਸਰ ਦਰਸ਼ ਸਿੰਘ ਸਾਹਿਬ ਦੀ ਇੱਥੇ ਮਾਨ ਸਨਮਾਨ ਕਰਾਂਗੇ ਹਰਿਆਣਾ ਕਮੇਟੀ ਵੱਲੋਂ, ਤੇ ਸਭ ਤੋਂ ਜ਼ਿਆਦਾ ਸਮਾਂ ਪ੍ਰੋਫੈਸਰ ਦਰਸ਼ ਸਿੰਘ ਤੋਂ ਮਾਰਗਦਰਸ਼ਨ ਲੈਂਦੇ ਹੋਏ ਸੇਧ ਲੈਂਦੇ ਹੋਏ ਹਰਿਆਣਾ ਦੀ ਸਿੱਖ ਸੰਗਤ ਵਿੱਚ ਹਰ ਪ੍ਰੋਗਰਾਮ ਵੱਡੇ ਤੋਂ ਵੱਡੇ ਪ੍ਰੋਫੈਸਰ ਸਾਹਿਬ ਦੇ ਕਰਾ ਕੇ ਸਾਬਤ ਕਰਾਂਗੇ ਕਿ ਪ੍ਰੋਫੈਸਰ ਦਰਸ਼ਨ ਸਿੰਘ ਇੱਕ ਮਹਾਨ ਜਥੇਦਾਰ ਨੇ ਜਿਹੜੇ ਕੌਮ ਸੇਧ ਦੇ ਸਕਦੇ ਨੇ। ਇਸ ਕਰਕੇ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਸਭ ਤੋਂ ਪਹਿਲਾਂ ਮਾਨ ਤੇ ਸਨਮਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਬਹੁਤ ਧੰਨਵਾਦ ਸਰਦਾਰ ਜਗਜੀਤ ਸਿੰਘ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਤੁਸੀਂ ਉਹ ਕੀਮਤੀ ਪਲ ਆਪਣੇ ਜਿਹੜੇ ਇਸ ਕੌਮੀ ਸੰਘਰਸ਼ ਦੇ ਦੌਰਾਨ ਇਸ ਰੇਡੀਓ ਸਟੇਸ਼ਨ ਦੇ ਸਾਂਝੇ ਕੀਤੇ, ਅਸੀਂ ਤੁਹਾਡਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਹ ਆਸ਼ਵਾਸਨ ਦਿੰਦੇ ਹਾਂ ਕਿ ਜਿਹੜੀ ਤੁਸੀਂ ਇਹ ਸਿਰ ਧੜ ਦੀ ਬਾਜ਼ੀ ਲਾ ਕੇ ਕੌਮ
ਸੂਰਤ ਜਿਨ੍ਹਾਂ ਨੇ ਉਸ ਟਾਈਮ ਮੇਰੇ ਵਾਸਤੇ ਟਾਈਮ ਕੱਢ ਕੇ ਦੁਨੀਆਂ ਭਰ ਦੇ ਸਿੰਘਾਂ ਦੇ ਦਰਸ਼ਨ ਕਰਾਏ। ਮੈਂ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਬੁਲਾਵਾਂਗਾ ਤੇ ਕਾਮਨਾ ਤਾਂ ਉਮੀਦ ਕਰਾਂਗਾ ਕਿ ਦੁਨੀਆਂ ਭਰ ਦੇ ਸਿੱਖ ਸਾਡੇ ਵਾਸਤੇ ਅਰਦਾਸ ਕਰਨ, ਮਾਰਗ ਦਰਸ਼ਨ ਕਰਨ ਅਤੇ ਸਾਡਾ ਇਸ ਤਰ੍ਹਾਂ ਸਾਨੂੰ ਆਸ਼ੀਰਵਾਦ ਦੇਣ ਅਤੇ ਉਹਨਾਂ ਅਕਾਲੀ ਲੀਡਰਾਂ ਨੂੰ ਸਮਰਥ ਬਖਸ਼ੇ ਪ੍ਰਮਾਤਮਾ, ਜਿਨ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਹਿੱਤਾਂ ਵਾਸਤੇ, ਰਾਜਨੀਤਿਕ ਹਿੱਤਾਂ ਵਾਸਤੇ ਵਰਦੇ ਰਹੇ ਹਨ ਅਤੇ ਉਹਨਾਂ ਨੂੰ ਪਰਮਾਤਮਾ ਕਿਤੇ ਚੰਗੇ ਪਾਸੇ ਲਾਏ, ਕੇਵਲ ਤੇ ਕੇਵਲ ਆਪਣੀ ਗੱਦੀ ਪ੍ਰਾਪਤ ਕਰਨ ਵਾਸਤੇ, ਜਿਸ ਤਰ੍ਹਾਂ ਧਰਮ ਨੂੰ ਇਹਨਾਂ ਆਪਣੇ ਪੈਰਾਂ ਵਿੱਚ ਰੱਖਿਆ ਹੋਇਆ ਹੈ ਤੇ ਗੱਦੀ ਨੂੰ ਕੁਰਸੀ ਨੂੰ ਆਪਣੇ ਸਿਰ ਤੇ ਚੁੱਕੀ ਕਰਦੇ ਹਨ, ਇਹ ਇਹਨਾਂ ਨੂੰ ਪਰਮਾਤਮਾ ਸਮਰਥ ਬਖਸ਼ੇ, ਇਹ ਧਰਮ ਨੂੰ ਆਪਣੇ ਸਿਰ ਤੇ ਅਤੇ ਕੁਰਸੀ ਨੂੰ ਪੈਰਾਂ ਵਿੱਚ ਰੱਖਣ ਤਾਂ ਕਿ ਸਿੱਖ ਕੌਮ ਤੇ ਸਿੱਖ ਧਰਮ ਦਾ ਭਲਾ ਹੋ ਸਕੇ। ਮੈਂ ਇਹੀ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਇਹ ਸਨ ਹਰਿਆਣਾ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਝੰਡਾ, ਜਿਨ੍ਹਾਂ ਨੇ ਖੁੱਲ੍ਹ ਕੇ ਰੇਡੀਓ ਸਿੰਘਨਾਥ 'ਤੇ ਹਰਿਆਣਾ ਕਮੇਟੀ ਦੇ ਆਉਣ ਵਾਲੇ ਏਜੰਡੇ ਅਤੇ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣ ਦੇ ਬਾਰੇ ਜਿਹੜੀ ਗੱਲ ਕੀਤੀ ਹੈ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ। ਅਤੇ ਸਾਡੇ ਕੋਲਰ ਜਿਹੜੇ ਆ, ਮੈਂ ਬੇਨਤੀ ਕਰ ਦੇਵਾਂ ਵੀ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਸਟਾਰਟ ਹੋਣਾ ਆ ਸਰਦਾਰ ਹਰਦੀਪ ਸਿੰਘ ਜੀ ਡਿਪਟੀ ਬਾਗਰਾਂ ਦਾ, ਉਸ ਪ੍ਰੋਗਰਾਮ ਦੇ ਵਿੱਚ ਲਾਈਵ ਪਾਰਟਿਸਪੇਟ ਕਰ ਸਕਦੇ ਨੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਰੇਡੀਓ ਸਿਗਨਲ ਦੇ ਨਾਲ। ਹੁਣ ਤੋਂ 5 ਮਿੰਟ ਬਾਅਦ ਅਸੀਂ ਸਰਦਾਰ ਹਰਦੀਪ ਸਿੰਘ ਡਿਪਟੀ ਬਾਜੀ ਨੂੰ ਲਾਈਵ ਜਿਹੜਾ ਰੇਡੀਓ ਸਿਗਨਲ ਤੇ ਲੈ ਕੇ ਆ ਰਹੇ ਹਾਂ। ਸੋ ਸੁਣਦੇ ਰਹੋ ਰੇਡੀਓ ਸਿਗਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।